जगत गुरु श्री गुरु नानक देव जी और माता सुलखनी जी के विआह पुरब के संबंध में कीतियां गई तैयारियां का अज विधानसभा हलका बटाला के विधायक अमन शेर सिंह शहरी कलशी और डिप्टी कमिश्नर गुरदासपुर डॉक्टर हिमांशु अग्रवाल वालों जायजा लिया गया। 21 सितंबर गुरद्वारा श्री बेर साहब सुल्तानपुर लोधी, 22 दिसंबर नूं पालकी साहब सजाई जा रहे नगर कीर्तन के रूट समेत शहर का दौरा करके किए गए कार्यों का निरीक्षण किया। इस मौके डॉक्टर शायरी भंडारी SDM कम कमिश्नर नगर निगम बटाला भी मौजूद सन। इस मौके गलबात करदे विधायक शहरी ने कहा कि विआह पुरब के समागम विच बटाला विखे वड्डी गिनती दे विच देश विदेश तो संगतां आउंदियां हन अते उन्हां दियां सहूलत ते आवाजाई आदि नूं मुख रखदियां सुचजे प्रबंध किए गए हन। उन्हां कहा कि नगर कीर्तन के रूट का निरीक्षण किया गया है अते वख-वख संबंधित अधिकारियों नूं रहिंदे विकास कम पूरे करन दे निर्देश दिते गए हन। ਅਸੀਂ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਕੰਧ ਸਾਹਿਬ ਪ੍ਰਬੰਧਕ ਕਮੇਟੀ ਨਾਲ ਵੀ ਮੀਟਿੰਗ ਸੀ, ਜਿਹੜੀਆਂ ਕੋਈ ਕਮੀਆਂ ਰਹਿੰਦੀਆਂ ਨੇ, ਜਿਹੜੀਆਂ ਕੋਈ ਕਸਰ ਹੈਗੀ ਆ ਉਹਨੂੰ ਕਵਰ ਕਰ ਰਹੇ ਹਾਂ ਆਪਾਂ ਸਪੀਡ ਨਾਲ। ਔਰ ਕੋਸ਼ਿਸ਼ ਹੈ ਵੀ ਹੱਥ ਵਸ ਪਰਮਾਤਮਾ ਦੇ ਆ ਸਾਡੀਆਂ ਅਤੇ ਪਰਮਾਤਮਾ ਅੱਗੇ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਨੇ ਵੀ ਇਹ ਬੜਾ ਖੁਸ਼ੀ ਵਾਲਾ ਦਿਹਾੜਾ ਅਤੇ ਉਹ ਸਾਡੀ ਬਟਾਲੇ ਦੀ ਧਰਤੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਛੋਹ ਪ੍ਰਾਪਤ ਜਦੋਂ ਧਰਤੀ ਕੀਤੀ ਹੈ, ਪਵਿੱਤਰ ਸਾਡੀ ਧਰਤੀ ਮੈਂ ਕਹਿ ਸਕਦਾ ਵੀ ਸਾਡੀ ਬਾਣੀ। ਸੋ ਲੱਗੇ ਹਾਂ ਉਹਨਾਂ ਦੇ ਵਿਆਹ ਦੀਆਂ ਜਿਹੜੀਆਂ ਹਰ ਸਾਲ ਤਿਆਰੀਆਂ ਹੁੰਦੀਆਂ, ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਜਿਹੜਾ ਮੈਨੂੰ ਮੌਕਾ ਮਿਲਿਆ ਪਿਛਲੀ ਵਾਰੀ। ਔਰ ਜਿਹੜੀਆਂ ਵੀ ਪੁਖਤਾ ਪ੍ਰਬੰਧ ਨੇ ਉਹਨਾਂ ਦਾ ਜਾਇਜ਼ਾ ਲੈ ਰਹੇ ਹਾਂ ਔਰ ਕੰਮ ਕਰਾ ਰਹੇ ਹਾਂ। ਸਰ 21 ਸਤੰਬਰ ਨੂੰ ਜਿਹੜਾ ਲਾਇਕ ਧਨ ਆ ਰਿਹਾ ਸੁਲਤਾਨਪੁਰ ਲੋਧੀ ਦੇ, ਉਸ ਰਾਤ ਦਾ ਸਹਿਰਾਨ ਹੋਈ ਜਾਂ ਪਬਲਿਕਲੀ ਵੀ? ਦੇਖੋ ਜੀ, ਮੈਂ ਉਹ ਜੋ ਜੋ ਪ੍ਰਬੰਧਕ ਕਮੇਟੀਆਂ ਦਾ ਹੈਗਾ, ਜਿੱਦਾਂ ਵੀ ਗੁਰਦੁਆਰੇ ਦੇ ਵਿੱਚ ਸਰਾਂ ਨੇ ਜਾਂ ਗੁਰਦੁਆਰੇ ਸੱਤ ਕਟਾਰੀਆਂ ਦੇ ਵਿੱਚ ਲੋਕ ਆ ਕੇ ਰੁਕਦੇ ਨੇ, ਉਹ ਸਾਰਾ ਇਹਨਾਂ ਨੇ ਕਮੇਟੀ ਨੇ ਆਪਣਾ ਮੈਨੇਜ ਕੀਤਾ। ਆਪਾਂ ਜਿਹੜਾ ਬਾਹਰ ਦਾ ਏਰੀਆ ਜਿਹੜਾ ਉਹ ਕਵਰ ਅਪ ਕਰ, ਹੁੱਲੜਬਾਜ਼ੀ ਜਿਹੜੇ ਕਰੂਗਾ ਉਹ ਆਪੇ ਵੇਖੀ ਜਾਊਗਾ, ਉਹ ਆਪਣਾ ਹੁੱਲੜਬਾਜ਼ੀ ਜਿਹੜਾ ਆਊਗਾ ਆਪਣੀ ਸੋਚ ਸਮਝ ਕੇ ਆਵੇ ਅਤੇ ਸੋਚ ਸਮਝ ਕੇ ਕਰੇ। ਅੱਜ ਜੀ ਮੈਂ ਬਟਾਲੇ ਆਇਆ ਸੀਗਾ, ਜਿਵੇਂ ਕਿ ਸਾਰਿਆਂ ਨੂੰ ਪਤਾ ਬਾਬਾ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਤਿਆਰੀਆਂ ਜਿਹੜੀਆਂ ਕਾਫੀ ਸਮੇਂ ਤੋਂ ਬਟਾਲੇ ਸ਼ਹਿਰ ਦੇ ਵਿੱਚ ਚੱਲਦੀਆਂ ਪਈਆਂ। ਇਹਦੇ ਵਿੱਚ ਕੁਝ ਦਿਨ ਪਹਿਲਾਂ ਵੀ ਮੇਰੇ ਵੱਲੋਂ ਇੱਥੇ ਬਟਾਲੇ ਸ਼ਹਿਰ ਦਾ ਗਰਾਊਂਡ ਲਗਾਇਆ ਗਿਆ ਸੀ। ਅੱਜ ਮੈਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਾਹਿਬ ਉਹਨਾਂ ਨਾਲ ਵੀ ਮਿਲਿਆ, ਗੁਰਦੁਆਰਾ ਕੰਧ ਸਾਹਿਬ ਗੁਰਦੁਆਰੇ 'ਚ ਅਸੀਂ ਇੱਥੇ ਦਰਸ਼ਨ ਵੀ ਕੀਤੇ ਹੈਗੇ। ਸੋ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਪਿਛਲੇ ਦਿਨੀ ਖਰਾਬ ਮੌਸਮ ਦੇ ਬਾਵਜੂਦ ਜਿਹੜੀਆਂ ਤਿਆਰੀਆਂ ਆਪਣੇ ਜਿੰਨੀ ਅਸੀਂ ਸੋਚਿਆ ਸੀ ਉਸ ਹਿਸਾਬ ਨਾਲ ਮੁਕੰਮਲ ਚੱਲਦੀਆਂ ਪਈਆਂ। ਬਟਾਲਾ ਜ਼ਿਲ੍ਹੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਇੱਥੇ ਆਲਰੇਡੀ ਛੁੱਟੀ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਅਤੇ ਅਸੀਂ ਸਰਕਾਰ ਨੂੰ ਵੀ ਤਜਵੀਜ਼ ਭੇਜੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਛੁੱਟੀ ਕਰਨ ਦੀ, ਤਾਂ ਕਿ ਸੰਗਤਾਂ ਬੜੇ ਆਰਾਮ ਨਾਲ ਜਿਨ੍ਹਾਂ ਨੇ ਦੂਰੋਂ ਆਉਣਾ ਹੈਗਾ ਉਹ ਇੱਥੇ 22 ਤਰੀਕ ਨੂੰ ਵਿਆਹ ਪੁਰਬ 'ਤੇ ਆ ਸਕਣ, ਦਰਸ਼ਨ ਕਰ ਸਕਣ, ਪਾਲਕੀ ਸਾਹਿਬ ਦੇ ਦਰਸ਼ਨ ਇੰਤਜ਼ਾਰ ਹੋ ਸਕਣ। ਹੋਰ ਵੀ ਜਿਹੜੇ ਆਪਣੇ ਇੱਥੇ ਪ੍ਰਬੰਧ ਸੀਗੇ, ਭਾਵੇਂ ਜਿਹੜੇ ਬਾਹਰੋਂ ਮੇਲਾ ਲੱਗਣਾ ਹੈ, ਰੇਹੜੀ ਫੜੀਆਂ ਵਾਲੇ ਆਏ ਹੋਏ ਹੈ, ਲਾਈਟਾਂ ਦਾ ਪ੍ਰਬੰਧ ਹੈ, ਸੜਕਾਂ ਦੇ ਉੱਤੇ ਪ੍ਰੋਪਰ ਉੱਤੇ ਸੜਕਾਂ ਦੀ ਰਿਪੇਅਰ ਹੋਈ ਹੈ ਕਿ ਨਹੀਂ, ਸਾਫ਼ ਸਫਾਈ ਦਾ ਪ੍ਰਬੰਧ, ਉਹ ਸੀ ਮੈਂ SDM ਸਾਹਿਬ ਦੇ ਨਾਲ ਅਤੇ ਬਾਕੀ ਮਹਿਕਮੇ ਦੇ ਅਫਸਰਾਂ ਨਾਲ ਰਾਊਂਡ ਮਾਰਿਆ ਹੈਗਾ। ਕੁਛ ਹਜੇ ਵੀ ਮੀਂਹ ਕਰਕੇ ਖਰਾਬ ਮੌਸਮ ਕਰਕੇ ਕੁਛ ਕਮੀ ਪੇਸ਼ੀਆਂ ਪਾਈ ਗਈਆਂ, ਪਰ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਕਿ ਅਗਲੇ 2 ਦਿਨਾਂ ਦੇ ਵਿੱਚ ਅਸੀਂ ਇਹ ਸਾਰੇ ਦੇ ਸਾਰੇ ਪ੍ਰਬੰਧ ਮੁਕੰਮਲ ਕਰੀਏ ਤਾਂ ਕਿ 22 ਤਰੀਕ ਨੂੰ ਜਦੋਂ ਸੰਗਤਾਂ ਆਉਣ ਬਾਹਰੋਂ ਦਰਸ਼ਨ ਕਰਨ ਆਉਣ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਸਰ 21 ਸਤੰਬਰ ਨੂੰ ਜਿਹੜਾ ਉਹਨਾਂ ਵਾਸਤੇ ਠਹਿਰਨ ਦਾ ਜਾਂ ਫਿਰ ਪਾਰਕਿੰਗ ਨੂੰ ਲੈ ਕੇ ਆਵਾਜਾਈ ਲੈ ਕੇ? ਬਿਲਕੁਲ, ਇਹਦੇ ਵਿੱਚ ਜਿਹੜਾ ਰੂਟ ਹੈਗਾ ਪਾਲਕੀ ਸਾਹਿਬ ਦਾ ਉਹ ਅਸੀਂ ਸਾਰਾ ਦਾ ਸਾਰਾ ਚੈੱਕ ਕਰਵਾ ਲਿਆ ਗਿਆ, ਉਹਦੇ ਉੱਤੇ ਪੁਲਿਸ ਦੇ ਵੀ ਪੂਰੇ ਪੁਖਤਾ ਪ੍ਰਬੰਧ ਜਿਹੜੇ ਕਰਵਾਏ ਗਏ ਨੇ। SDM ਸਾਹਿਬ ਵੱਲੋਂ ਵੀ ਇਹਨਾਂ ਦੀ ਡਿਊਟੀ ਅਸੀਂ ਲਾਈ ਸੀਗੀ ਅਤੇ ਸਾਰਾ ਰੂਟ ਆਪ ਵੀ ਜਾ ਕੇ ਚੈੱਕ ਕਰਕੇ ਆਏ ਹਾਂ, ਮੇਰੇ ਵੱਲੋਂ ਵੀ ਕਾਫੀ ਜਿਹੜਾ ਰੂਟ ਕਵਰ ਕੀਤਾ। ਅਸੀਂ ਸਾਰੀ ਸੰਗਤ ਨੂੰ ਇਹ ਆਸ਼ਵਾਸਨ ਦਿੰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਇਹਦੇ ਵਿੱਚ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਾਲਕੀ ਸਾਹਿਬ ਦਾ ਬੜੇ ਜ਼ੋਰਦਾਰ ਢੰਗ ਨਾਲ ਸਵਾਗਤ ਵੀ ਕੀਤਾ ਜਾਊਗਾ ਅਤੇ ਸੰਗਤ ਨੂੰ ਇਹ ਬੜੇ ਤਸੱਲੀ ਨਾਲ ਅਤੇ ਆਰਾਮਦਾਇਕ ਢੰਗ ਨਾਲ ਉਹ ਦਰਸ਼ਨ ਕਰ ਪਾਉਣ। ਪਾਰਕਿੰਗ ਦੀ ਕੋਈ ਦਿੱਕਤ ਹੁੰਦੀ ਹੈ? ਪਾਰਕਿੰਗ ਦੀ ਆਉਂਦੀ ਹੈ, ਦੇਖੋ ਇੰਨੀ ਦੂਰੋਂ ਲੋਕ ਆਉਂਦੇ ਨੇ, ਕੋਈ ਆਪਣੇ ਬੱਸਾਂ 'ਚ ਆ ਰਿਹਾ, ਕੋਈ ਆਪਣੇ ਨੇੜੇ ਤੇੜੇ ਤੋਂ ਪੈਦਲ ਵੀ ਆ ਰਹੇ ਨੇ, ਪਰ ਕਾਫੀ ਲੋਕ ਹੀ ਸਵਾਰੀ ਲੈ ਕੇ ਆਉਂਦੇ ਨੇ। ਸ਼ਹਿਰ 'ਚ ਥਾਂ ਲਿਮਿਟਿਡ ਹੀ ਹੈ ਅਤੇ ਜੇ ਕੋਈ ਮੇਰੀ ਬੇਨਤੀ ਲੋਕਾਂ ਨੂੰ ਇਹ ਹੈ ਕਿ ਆਪਾਂ ਦਰਸ਼ਨ ਕਰਨ ਆਉਣੇ ਹੈਗੇ, ਕੰਸਾ ਗੁਰਦੁਆਰਾ ਆਉਣਾ, ਪਾਲਕੀ ਸਾਹਿਬ ਦੇ ਦਰਸ਼ਨ ਕਰਨੇ ਆਉਣੇ,
ਤੇ ਤੁਸੀਂ ਪਬਲਿਕ ਟਰਾਂਸਪੋਰਟ ਦਾ ਯੂਜ਼ ਕਰੋ। ਜੇ ਤੁਸੀਂ ਗੱਡੀਆਂ 'ਚ ਆ ਰਹੇ ਹੋ ਤਾਂ ਇੱਥੇ ਕੰਜੈਸਟਿਡ ਥਾਵਾਂ ਹੈਗੀਆਂ, ਉਹਦਾ ਕੋਈ ਆਪਾਂ ਇਲਾਜ ਨਹੀਂ ਕਰ ਸਕਦੇ। ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੇ ਰੋਡ ਸਾਈਡ ਥਾਵਾਂ ਹੈਗੀਆਂ ਉੱਥੇ ਪ੍ਰੋਪਰ ਪਾਰਕਿੰਗ ਬਣਾਈ ਜਾਵੇ, ਪਰ ਬਹੁਤ ਜ਼ਿਆਦਾ ਭੀੜ ਹੁੰਦੀ ਹੈਗੀ। ਬਟ ਜੇ ਲੋਕ ਪਬਲਿਕ ਟਰਾਂਸਪੋਰਟ ਰਾਹੀਂ ਆਉਣਗੇ, ਬੱਸਾਂ ਰਾਹੀਂ ਆਉਣਗੇ, ਰੇਲਵੇ ਰਾਹੀਂ ਆਉਣਗੇ, ਇੱਥੇ ਆਪਣੇ ਰਿਕਸ਼ਾ ਜਾਂ ਪੈਦਲ ਆਪਣੇ ਜੇ ਆ ਸਕਦੇ ਹਾਂ, ਉਹਦੇ ਨਾਲ ਥੋੜ੍ਹੀ ਇਹਦੀ ਵਿਵਸਥਾ ਜਿਹੜੀ ਸੁਧਰ ਸਕਦੀ ਹੈ। ਬਟ ਜੇ ਕਾਰਾਂ ਰਾਹੀਂ ਵੀ ਆ ਰਹੇ ਨੇ ਜਾਂ ਆਪਣੇ ਹੋਰ ਵਹੀਕਲ ਰਾਹੀਂ ਆ ਰਹੇ ਹਾਂ, ਅਸੀਂ ਤਿਆਰੀ ਕੀਤੀ ਹੈਗੀ। ਜੇ ਬਹੁਤ ਜ਼ਿਆਦਾ ਭੀੜ ਹੋਈ ਤਾਂ ਥੋੜ੍ਹਾ ਕੋਪਰੇਟ ਕਰਨਾ ਪੈਂਦਾ। ਸਰ ਕੂਲਰ ਵਾਜਾ ਲੋਕ ਅਪੀਲ ਕਰਨਾ ਚਾਹੁੰਦੇ ਨੇ, ਹਰ ਸਾਲ ਪਟਾਕੇ ਮਾਰਦੇ ਨੇ ਜਾਂ ਕਰਾਣਾ ਬੜੇ ਬੜੇ ਹਾਰਨ ਲੈ ਕੇ ਕਰਦੇ ਨੇ, ਇਹਦੇ ਲਈ ਸਪੈਸ਼ਲੀ ਜੀ ਮੈਂ ਬੜਾ ਹੀ ਇੱਕ ਸ਼ੁਭ ਅਤੇ ਆਪਣਾ ਪਾਵਨ ਅਵਸਰ ਹੈਗਾ। ਇਹ ਆਪਣੇ ਪੂਰੇ ਜ਼ਿਲ੍ਹੇ ਲਈ ਇੱਕ ਆਪਾਂ ਕਹਿੰਦੇ ਹਾਂ ਕਿ ਸਾਲ ਦੇ ਵਿੱਚ ਇੱਕ ਅਜਿਹਾ ਅਵਸਰ ਹੈ, ਸਭ ਤੋਂ ਉੱਚਾ ਆਪਾਂ ਇਸਨੂੰ ਜਿਹੜਾ ਕਹਿ ਸਕਦੇ ਹੈਗੇ। ਉਹਦੇ ਵਿੱਚ ਜੇ ਅੱਜ ਸਿਕਿਉਰਿਟੀ ਨੂੰ ਲੈ ਕੇ ਵੀ ਰਿਵਿਊ ਚੱਲ ਰਿਹਾ ਸੀ, ਉਹਦੇ ਵਿੱਚ ਇਹ ਗੱਲ ਮੈਂ ਕਹੀ ਹੈ ਕਿ ਕੋਈ ਅਜਿਹੇ ਅਨਸਰ ਜੇ ਆ ਜਾਣ ਜਿਹੜੇ ਹੁੱਲੜਬਾਜ਼ੀ ਕਰਦੇ ਹੈ, ਜਾਂ ਕੋਈ ਚੋਰੀ ਚਕਾਰੀ ਵੀ ਕਈ ਵਾਰੀ ਅਸੀਂ ਦੇਖਣ ਨੂੰ ਆਇਆ ਕਿ ਵੀ ਇਸ ਤਰ੍ਹਾਂ ਸਮਾਗਮਾਂ 'ਚ ਜਾਂ ਮੇਲਿਆਂ 'ਚ ਕਈ ਵਾਰੀ ਲੋਕ ਆ ਜਾਂਦੇ ਨੇ, ਮੇਰੀ ਉਹਨਾਂ ਨੂੰ ਬੇਨਤੀ ਹੈ, ਮੈਂ ਬੇਨਤੀ ਕਰ ਰਿਹਾ ਪਹਿਲਾਂ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਆਪਾਂ ਐਕਟੀਵਿਟੀ ਨਾ ਕਰੀਏ ਕਿ ਇੰਨੇ ਸ਼ੁਭ ਦਿਹਾੜੇ ਦੇ ਉੱਤੇ ਕੋਈ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਸੰਗਤ ਨੂੰ ਜਾਂ ਕਿਸੇ ਤੁਹਾਨੂੰ ਵੀ ਕੋਈ ਤਕਲੀਫ ਝੇਲਣੀ ਪਵੇ। ਅਤੇ ਜੇ ਤੁਸੀਂ ਸੈਲੀਬ੍ਰੇਟ ਕਰਨਾ ਇਸਨੂੰ, ਆਪਾਂ ਉਤਸਵ ਨੂੰ ਮਨਾਉਣਾ ਹੈਗਾ, ਬਹੁਤ ਤਰੀਕੇ ਹੈ, ਚੰਗੇ ਤਰੀਕੇ ਹੈ ਕਿ ਤੁਸੀਂ ਪਾਲਕੀ ਸਾਹਿਬ ਦੀ ਆਪਣੀ ਸ਼ੋਭਾ ਯਾਤਰਾ 'ਚ ਆਓ, ਗੁਰਦੁਆਰਾ ਸਾਹਿਬ ਮੱਥਾ ਟੇਕਣ ਆਓ। ਜਿਹੜੀ ਹੁੱਲੜਬਾਜ਼ੀ ਜਾਂ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ, ਉਹਦੇ ਖਿਲਾਫ਼ ਪੁਲਿਸ ਨੂੰ ਅਸੀਂ ਡਾਇਰੈਕਸ਼ਨ ਪਾਸ ਕੀਤੀਆਂ ਜਾਂ ਉਹਨਾਂ ਦੇ ਖਿਲਾਫ਼ ਬਿਨਾਂ ਸੋਚੇ ਜਿਹੜਾ ਸਖ਼ਤ ਤੋਂ ਸਖ਼ਤ ਐਕਸ਼ਨ। ਸਾਡੇ ਵੱਲੋਂ ਤਿਆਰੀ ਪ੍ਰਸ਼ਾਸਨ ਵੱਲੋਂ ਪ੍ਰੋਪਰ ਮੁਕੰਮਲ ਤਿਆਰੀ ਹੈ ਜੀ। ਅਸੀਂ ਕਈ ਹੈਲਪਲਾਈਨ ਨੰਬਰਸ ਇਸ਼ੂ ਕੀਤੇ ਹੋਏ ਆ ਰਿਗਾਰਡਿੰਗ ਸੀਵਰੇਜ, ਰਿਗਾਰਡਿੰਗ ਆਪਣੇ ਇੱਥੇ ਲੋਅ ਲਾਈਨ ਵਾਇਰਸ ਹੈਗੀਆਂ, ਕੋਈ ਸਫਾਈ ਦੀ ਦਿੱਕਤ ਆ ਰਹੀ ਹੈ। ਸੋ ਉਹ ਨੰਬਰਸ 'ਤੇ ਸਾਨੂੰ ਲਗਾਤਾਰ ਕੰਪਲੇਂਟਸ ਵੀ ਆ ਰਹੇ ਹੈ, ਅਤੇ ਇਮੀਜੀਏਟਲੀ ਆਪਾਂ ਉਹਨਾਂ ਕੰਪਲੇਂਟਸ ਨੂੰ ਐਡਰੈਸ ਕਰ ਰਹੇ ਹਾਂ। ਮੈਂ ਸਾਰੀ ਪਬਲਿਕ ਨੂੰ ਦੁਬਾਰਾ ਅਪੀਲ ਕਰੂੰਗੀ, ਕੱਲ੍ਹ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਹਦੇ 'ਚ ਆਪਾਂ 3 ਨੰਬਰ ਇਸ਼ੂ ਕੀਤੇ ਹੋਏ ਆ। ਤੁਸੀਂ ਕੋਈ ਵੀ ਕਿਤੇ ਦਿੱਕਤ ਆ ਰਹੀ ਹੈ, ਕੋਈ ਮੈਨ ਹੋਲ ਤੁਹਾਨੂੰ ਲੱਗ ਰਿਹਾ, ਕਿਤੇ ਕੋਈ ਖੁੱਲ੍ਹਾ ਹੈ, ਤੁਸੀਂ ਉਹਨਾਂ ਨੰਬਰਸ 'ਤੇ ਸਾਨੂੰ ਸੰਪਰਕ ਕਰ ਸਕਦੇ ਹੋ। ਪ੍ਰਸ਼ਾਸਨ ਇਮੀਡੀਏਟਲੀ ਉਹਨੂੰ ਰਿਸਪੋਂਡ ਕਰ ਰਿਹਾ।